ਆਹ ਲੋ ਜੀ ਜਿਹੜੀ ਆਪਾਂ ਨੇ 5-6 ਦਿਨ ਪਹਿਲਾਂ ਗੋਭੀ ਲਾਈ ਤੀ ਖੇਤਾਂ ਦੇ ਵਿੱਚ ਲੱਗ ਜੀ ਮਾਨ ਹਰਿਆਈ ਦੇਖੋ ਲਾਈ ਮੀਂਹ ਦੇ ਵਿੱਚ ਤੀ ਆਪਾਂ ਨੇ ਹੁਣ ਕਿੰਨਾ ਸੁੱਕਾ ਲੱਗਾ ਖੇਤ ਨੂੰ ਦੇਖੋ ਆਹ ਦੇਖੋ ਜੀ ਤੁਹਾਨੂੰ ਇੱਧਰ ਨੂੰ ਵੀ ਦਿਖਣ ਲੱਜਣਾ ਬੱਟਾਂ ਦੇ ਉੱਪਰ ਵੀ ਕਿੱਕਣਾ ਇਹ ਆਹ ਦੇਖੋ ਕਿੱਕਣਾ ਇਹਨਾਂ ਬੂਟੇ ਜੀ ਜਿਹੜੇ ਚੱਲ ਪਏ ਇਹ ਆਹ ਦੇਖੋ ਇੱਥੇ ਦਿਖ ਜਾਣਾ ਤੁਹਾਨੂੰ ਆਹ ਦੇਖੋ ਇਕਨ ਇੱਧਰ ਸਾਰੀਆ ਸਾਰੇ ਖੇਤ ਹਰਿਆਈ ਵੱਜਦੀ ਹੈ ਜੀ ਚਲੋ ਹਲੇ 5-6 ਦਿਨ ਦਾ ਤਾਂ ਨਹੀਂ ਪਤਾ ਲੱਗਦਾ ਕਿਉਂਕਿ ਉੱਪਰ ਤੇ ਇੱਕ ਬੱਟਾਂ ਵੀ ਸੁੱਕੀਆਂ ਜੇ ਕਿਤੇ ਬੱਟਾਂ ਥੋੜੀ ਜਿਹੀ ਗਿੱਲੀਆਂ ਹੋਵੇ ਫਿਰ ਲੱਗ ਹਰਿਆਈਆਂ ਪੂਰੀ ਪ੍ਰੋਪਰ ਤੌਰ ਤੇ ਦਿਖਦੀ ਆ ਦੇਖੋ ਜੀ ਇਹਨਾਂ ਸਾਨੂੰ ਦਿਖਦੀ ਹੋਣੀ ਗੋਭੀ ਇਹ ਆ ਦੇਖੋ ਕਿੰਨੀ ਸੋਹਣੀ ਹੋਈ ਵੀ ਆ ਦੇਖੋ ਜੀ ਚਲੋ ਕੋਈ ਨਹੀਂ ਵਿੱਚ ਕੋਈ ਕੋਈ ਬੂਟਾ ਮਰ ਜਾਂਦਾ ਦੇਖੋ ਬੂਟਾ ਜਿਹੜਾ ਮਰਿਆ ਹੈ ਉਹਦਾ ਵੀ ਆਪਾਂ ਨੇ ਖੁਰਪਾ ਮਾਰਤਾ ਜੀ ਜਦੋਂ ਪਾਣੀ ਲਾਉਣਾ ਕੱਲ ਨੂੰ ਜਾਂ ਪਰਸ ਨੂੰ ਆ ਦੇਖੋ ਇੱਕ ਆ ਬੂਟਾ ਮਰ ਰਿਹਾ ਜਿੱਕਣਾ ਆ ਇੱਕਣਾ ਹੋਰ ਕਿਤੇ ਕਿਤੇ ਜੀ ਵਿੱਚ ਉਹ ਦਿਖਦਾ ਜੀ ਉਹ ਤੇ ਕਿਰਪਾ ਪੁੱਜਿਆ ਵਾ ਸੋ ਇੱਕਣੇ ਅੱਜ ਇਹ ਸਾਰਾ ਕੰਮ ਵੀ ਆਪਾਂ ਨੇ ਕਰਤਾ ਜੀ ਕਿਉਂਕਿ ਕੱਲ ਨੂੰ ਲੱਗਣਾ ਜੀ ਇਹਨੂੰ ਪਾਣੀ ਵੀ ਪਾਣੀ ਤੇ ਪਹਿਲਾਂ ਪਹਿਲਾਂ ਟੋਈ ਆਪਾਂ ਨੇ ਉਹ ਬੂਟਾ ਲਾ ਦੇਣਾ ਜੀ ਇੱਕਣੇ ਕੋਈ ਕੋਈ ਕਿਤੇ ਕਿਤੇ ਹੈ ਕਿ ਉਹ ਵੀ ਤਾਂ ਮਰਿਆ ਜੀ ਕਿਉਂਕਿ ਜਿੱਦਣ ਲਾਇਆ ਉਹਦੋਂ ਡੇਢ ਦਿਨ ਮੀਂਹ ਪਈ ਗਿਆ ਮੀਂਹ ਵੀ ਖਾਸਾ ਪਿਆ ਚਲੋ ਮੀਂਹ ਪੈਂਦੇ ਪੈਂਦੇ ਕਿਸੇ ਬੂਟੇ ਦੀ ਜੜ ਵੀ ਉੱਪਰ ਆ ਸਕਦੀ ਹੈ ਤੇ ਜੀ ਕਿਣੀ ਪੈਂਦੀ ਹੈ ਸੋ ਇੱਕਣਾ ਚਲੋ ਜਿਹੜਾ ਹੋਇਆ ਤਾਂ ਠੀਕ ਹੈ ਪਰਮੇਸ਼ਰ ਸਾਰਾ ਕੁਝ ਠੀਕੇ ਕਰਦਾ ਜੀ ਆਪਾਂ ਨੂੰ ਲੱਗਦਾ ਮਾੜਾ ਹੁੰਦਾ ਪਤਾ ਨਹੀਂ ਉਹਨੇ ਕਿਸੇ ਹੋਰ ਬੰਦੇ ਦੀ ਉਹਦੇ ਦਿਹਾੜੀ ਭਰਾਊਗਾ ਕੋਈ ਕੰਮ ਕਰੂਗਾ ਕਿਸੇ ਨੂੰ ਰੋਜ਼ਗਾਰ ਮਿਲੂਗਾ ਇੱਕਣਾ ਹੋ ਜਾਂਦਾ ਸੋ ਕੰਮ ਵਧੀਆ ਚੱਲ ਰਿਹਾ ਹੈ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹ ਪਿਆਰ ਭਰੀ ਸਸਰੇਕਾਲ ਚੱਲਦੇ ਜੀ ਕੰਮ ਮਹਾਰਤ ਦੀ ਕਿਰਪਾ ਨਾਲ ਡੇ ਟੂ ਡੇ ਬਹੁਤ ਵਧੀਆ ਸੋ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਤੇ ਬਾਕੀ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਦੁੱਧ ਪੁੱਤ ਖੁਸ਼ੀਆਂ ਖੇੜੇ ਫਾੜੀ ਸਾਰਿਆਂ ਦੀ ਕਮਾਈਆਂ ਚ ਹੋਵੇ ਜੀ ਬਰਕਤ ਸੋ ਚੱਲ ਰਿਹਾ ਜੀ ਅੱਜ ਕੰਮ ਖੇਤਾਂ ਦੇ ਵਿੱਚ ਦੂਸਰੇ ਲੋਹ ਦੀ ਜਿਹੜੀ ਤੀਸਰੇ ਲੋਹ ਦੀ ਆਪਾਂ ਨੇ ਜਿਹੜੀ ਗੋਭੀ ਲਾਉਣੀ ਆ ਵੀਰੋ ਦੋ ਲੋਹਾਂ ਦੀ ਲਾਤੀ ਆਪਾਂ ਨੇ ਹੁਣ ਤੀਸਰੇ ਦੀ ਲਾਉਣੀ ਆ ਉਹਦੇ ਖਾਤਰ ਅੱਜ ਸਵੇਰ ਦੀ ਖੇਤ 'ਚ ਲੱਗੇ ਪਿਆ ਸੋ ਤੁਸੀਂ ਦੇਖ ਵੀ ਲੈਣੀ ਹਾਲਤ ਆ ਜਿਹੜੀ ਥੋੜੀ ਜਿਹੀ ਵਿਗੜੀ ਵੀ ਆ ਚਲੋ ਕੋਈ ਗੱਲ ਨਹੀਂ ਜਿਹੜਾ ਆਪਣਾ ਕੀਤਾ ਹੈ ਵੀਰੋ ਇਹ ਕੰਮੇ ਆ ਨਾ ਜਿਹੜਾ ਮਿੱਟੀ ਦਾ ਹੈ ਸੋ ਪਰੰਬੀਰ ਨਾ ਯਾਰ ਜੇ ਜਸ਼ਨ ਕਿਤੇ ਨਾਲ ਆ ਜਵੇ ਉਹ ਤਾਂ ਫਿਰ ਤੁਸੀਂ ਪਛਾਣ ਨਹੀਂ ਸਕਦੇ ਵੀ ਗਦਾ ਘੋੜੇ ਵਾਲਾ ਕੰਮ ਹੋ ਜਾਂਦਾ ਹੈ ਪਤਾ ਨਹੀਂ ਲੱਗਦਾ ਵੀ ਕਿੱਕਣਾ ਲਿਬੜਦੇ ਜਿੱਕਣਾ ਨਾ ਤੁਹਾਨੂੰ ਮੈਂ ਦਿਖਾਦਾ ਹੁਣ ਇਸ ਵਾਰੀ ਆਪਣੇ ਪਿੰਡ ਥਾਨ ਲੱਗੇਵੇਂ ਮੈਂ ਤੁਹਾਨੂੰ ਦਿਖਾਉਂਗਾ ਉੱਥੇ ਥਾਨਾ ਦੇ ਵਿੱਚ ਕੀ ਆਏ ਨਾ 10 ਜਗ੍ਹਾ ਘੱਟੋ ਘੱਟ ਝੋਟਾ ਲਟਿਆ ਹੋਇਆ ਹੈ ਝੋਟਾ ਤੁਹਾਨੂੰ ਪਤਾ ਫਿਰ ਗਾਰੇ ਨੂੰ ਦੇਖ ਕੇ ਨਾ ਕਹਿੰਦਾ ਪੁੱਸਰ ਦਾ ਬਹੁਤ ਹੈ ਸੋ ਇੱਕਣਾ ਯੋ ਥਾਨਾ ਚ ਉਤਰਦਾ ਆਪਣਾ ਮਾਂਜਾ ਪਰਚੌਂਦਾ ਪਾਣੀ ਦੇ ਵਿੱਚ ਲਿੱਟਦਾ ਪੂਰਾ ਗੱਚਮਾਚ ਹੋ ਜਾਂਦਾ ਏ ਲੱਭੜ ਜਾਂਦਾ ਪਰ ਫੇ ਫਰਾਟੇ ਜਿਹਾ ਮਾਰਦਾ ਆਪਣਾ ਨੰਗ ਜਾਂਦਾ ਕਰਦਾ ਸਾਡੇ ਪਿੱਛੇ ਦੀ ਚਲੋ ਜੇ ਕਹਿੰਦੇ ਅੱਖਾਂ ਦੇ ਮੂਰੇ ਨੁਕਸਾਨ ਹੁੰਦਾ ਦੇਖ ਨਹੀਂ ਹੁੰਦਾ ਪਿੱਛੇ ਤੇ ਉਹ ਜੇ ਫਿਰ ਆਪਾਂ ਕਹਿ ਦਿੰਦੇ ਚਲੋ ਕੋਈ ਗੱਲ ਨਹੀਂ ਹੁਣ ਤਾਂ ਹੋ ਗਿਆ ਪਰ ਉਹ ਨੁਕਸਾਨ ਹੋਇਆ ਵਾ ਦੇਖਿਆ ਵੀਰੇ ਜਾਨਵਰ ਦਾ ਜਿਹੜਾ ਕੁਦਰਤ ਜਿਹੜੇ ਹੁਣ ਅੱਖਾਂ ਦੇ ਸਾਹਮਣੇ ਜਿਆਦਾ ਜਾਨਵਰ ਆ ਜਵੇ ਜੇ ਫਿਰ ਉਹ ਨੁਕਸਾਨ ਨਹੀਂ ਚੱਲ ਹੁੰਦਾ ਹੁਣ ਆਪਾਂ ਉਹ ਗੋਭੀ ਲਾਈ ਵੀ ਆ ਖੇਤਾਂ 'ਚ ਤਾਰ ਲਾਈ ਆ ਕਿਉਂਕਿ ਉਹਰੇ ਗਾਇਆਂ ਦਾ ਉਜਾੜਾ ਬਹੁਤ ਹੈ ਇਹ ਆਪਾਂ ਦਰਿਆ ਦੇ ਨੇੜੇ ਬੈਠੇ ਜਿਵੇਂ ਜਿਹੜੀ ਆਪਾਂ ਨੇ ਗੋਭੀ ਲਾਈ ਵੀ ਨਾ ਵੀਰੋ ਇਹ ਜਮੀਨ ਲੱਤੀ ਵੀ ਠੇਕੇ 'ਪਰ ਕਈ ਵੀਰ ਕਮੈਂਟ ਵੀ ਕਰਦੇ ਵੀ ਇਹ ਤੁਹਾਡੀ ਜ਼ਮੀਨ ਹੈ ਸੋ ਇਹ ਠੇਕੇ 'ਪਰ ਲੱਤੀ ਵੀ ਹੈ ਆਪਣੇ ਰਿਸ਼ਤੇਦਾਰਾਂ ਦੀ ਉਹ ਸਮਝ ਲਓ ਬੇ ਉਹਨਾਂ ਨੇ ਕਹਿਤਾ ਵੀ ਤੁਸੀਂ ਖੇਤੀ ਕਰ ਲੋ ਰੇ ਇਹ ਸਾਨੂੰ ਜ਼ਮੀਨ ਬਹੁਤ ਵਧੀਆ ਲੱਗੀ ਜੀ ਪਾਣੀ ਵਾਲੀ ਜ਼ਮੀਨ ਆ ਕਿਉਂਕਿ ਦਰਿਆ ਚ ਤੁਹਾਨੂੰ ਪਤਾ ਪਾਣੀ ਘੁੰਮਿਆ ਵਾ ਹੁੰਦਾ ਪਹਿਲੇ ਟਾਈਮ ਚ ਦਰਿਆ ਚੱਲਿਆ ਵਾ ਸੋ ਇਸ ਟਾਈਮ ਮੈਂ ਖੜਾ ਵੀ ਦਰਿਆ ਦੇ ਵਿੱਚ ਐ ਇਹ ਦਰਿਆ ਚਾ ਔਰ ਇਹ ਤੇ ਨਾ ਜੀ ਉਹ ਸਾਹਮਣੇ ਅੱਧਾ ਕਿਲੋਮੀਟਰ ਪਰ ਦਰਿਆ ਦਾ ਬੰਨ ਦਿਖਦਾ ਤੇ ਇਧਰਲੀ ਸਾਈਡ ਨੂੰ ਘੱਟੋ ਘੱਟ ਹੋਊਗਾ ਮੇਰੇ ਹਿਸਾਬ ਚ 2.5 ਤੋਂ 2 ਕਿਲੋਮੀਟਰ ਬੰਨ ਹੋਊਗਾ ਜਿਹੜਾ ਇਹ ਚੌੜਾ ਔਰ ਐ ਆ ਕੇ ਬੰਨ ਦੇ ਸਣੇ ਮੈਨੂੰ ਲੱਗਦੀ 3 3.5 ਕਿਲੋਮੀਟਰ ਦਰਿਆ ਚੌੜਾ ਹੋ ਜਾਂਦਾ ਸੋ ਦਰਿਆ ਦੇ ਵਿੱਚ ਖੜੇ ਆ ਇੱਕ ਨਹੀਂ ਉਰੇ ਹੁਣ ਗਾਵਾਂ ਦਾ ਜਾੜਾ ਬਹੁਤ ਹੈ ਜਦੋਂ ਆਉਂਦੀਆਂ ਵੀ ਵੀ ਇਕੱਠੀਆਂ ਹੁੰਦੀਆਂ ਕਿਉਂਕਿ ਅਸੀਂ ਤੁਹਾਨੂੰ ਪਤਾ ਰੋਪੜ ਸ਼ਹਿਰ ਦੇ ਨੇੜੇ ਆ ਰੋਪੜ ਸ਼ਹਿਰ ਦੇ ਵਿੱਚੋਂ ਵੀ ਜਿਹੜੀਆਂ ਗਾਵਾਂ ਹੁੰਦੀਆਂ ਸੋ ਉੱਥੇ ਤੇ ਗੱਡੀਆਂ ਵਾਲੇ ਲਿਆਉਂਦੇ ਆ ਜਾਂ ਉਹ ਉਹਨਾਂ ਨੂੰ ਤੰਗ ਕਰਦੀਆਂ ਸੋ ਇਧਰ ਖੇਤਾਂ ਕਿੰਨੇ ਨੂੰ ਛੱਡ ਜਾਂਦੀਆਂ ਜ਼ਿਮੀਂਦਾਰਾਂ ਦਾ ਫਿਰ ਇੱਥੇ ਹੁੰਦੀ ਹਰਿਆਈ ਬਹੁਤ ਹਰਿਆਈ ਦੇਖ ਕੇ ਖੇਚੇ ਟਿਕ ਜਾਂਦੀਆਂ ਸੋ ਇਸ ਕਰਕੇ ਜਿਹੜਾ ਇਹ ਆ ਜਾੜਾ ਵੀਰੋ ਇਹ ਜ਼ਿਆਦਾ ਹੈ ਜਿਹੜਾ ਕੁਦਰਤੀ ਹੁਣ ਝੋਟੇ ਦਾ ਹੈ ਦੱਸਦੇ ਹੁੰਦੇ ਆ ਕਹਿੰਦੇ ਵੀ ਪੁਰਾਣੇ ਬਜ਼ੁਰਗ ਸਾਡੇ ਤੇ ਵੀ ਇਹਨਾਂ ਦਾ ਕਹਿੰਦੇ ਖਾਦਾ ਵਾ ਤਾਂ ਜਾਨਵਰਾਂ ਦਾ ਜ਼ਿਆਦਾ ਵੱਧ ਹੁੰਦਾ ਪਰ ਹੁਣ ਕਰੀਏ ਕੀ ਆ ਜੇ ਜਾਨਵਰੇ ਜ਼ਿਆਦਾ ਹੋ ਗਏ ਜੇ 20 ਆ ਕੇ ਇੱਕ ਏਲੇ ਚ ਵੜ ਗਏ ਫਿਰ ਤਾਂ ਕੰਬੈਨ ਵਾਲਾ ਸਫਾਇਆ ਹੁੰਦਾ ਹੈ ਆ ਕੇ ਮਨ ਬੜਾ ਅਦਾਸ ਹੁੰਦਾ ਹੈ ਸੋ ਏਕਣਾ ਹੀ ਗੱਲ ਦੇਖੋ ਕਿੱਥੋਂ ਤੋ ਤੁਰੀਤੀ ਲਿਬੜੇ ਵੇ ਆਪਣਾ ਜ਼ਿੰਮੇਵਾਰਾ ਕੰਮ ਚੱਲਦਾ ਦਾ ਸੋ ਜਿਹੜੀ ਪਿਛਲੇ ਲੋ ਦੀ ਗੋਭੀ ਹੈ ਤੁਸੀਂ ਉਹ ਵੀ ਦੇਖ ਰਹੇ ਆ ਆ ਪਿੱਛੇ ਦੇਖੋ ਥੋੜੀ ਜਿਹੀ ਹਰਿਆਈ ਘਟ ਵੱਜਦੀ ਚਲੋ ਮੈਂ ਤੁਹਾਨੂੰ ਨੇੜੇ ਦੇ ਕੈਮਰੇ ਨਾਲ ਵੀ ਦਿਖਾਉਂਗਾ ਤੇ ਹੁਣ ਲਾਉਣੀ ਜੀ ਆਪਾਂ ਨੇ ਫੁੱਲ ਗੋਭੀ ਤੇ ਪਿਆਜ਼ ਵੀ ਆਪਣੇ ਵੀਰੋ ਬਹੁਤ ਵਧੀਆ ਹੋ ਗਏ ਬਾਬਾ ਦੀ ਕਿਰਪਾ ਦੇ ਨਾਲ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਅੱਜ ਤਕਰੀਬਨ 6ਵਾਂ ਦਿਨ ਹੈ ਤੁਸੀਂ ਪਿਛਲੀ ਦੂਸਰੀ ਵੀਡੀਓ ਚ ਦੇਖਿਆ ਤਾਂ ਵੀ ਇਹ ਗੋਭੀ ਲੱਗਦੀ ਸੀ ਦੇਖੋ ਵੀ ਇਹ ਧਰਤੀ ਕਿੰਨੀ ਰਾਣੀ ਹੈ ਔਰ ਇਹਦੀ ਜਿੱਦਣ ਲਾਈਦੀ ਨਾ ਉਸ ਦਿਨ ਆਹ ਤੁਹਾਨੂੰ ਤੁਸੀਂ ਪਿੱਛੇ ਦੇਖੇ ਲੈਣਾ ਕੇ ਤੇ ਗਾਰੇ ਵਰਗੇ ਪੇ ਤੇ ਗੱਚ ਪਾਣਾ ਜਮਈ ਪਾਣੇ ਦੀ ਸਿਫਤ ਦੇਖ ਲੋ ਦੇਖੋ ਵੀ ਇਹ ਸਾਡੇ ਕੋਲ ਪਹਿਲੀ ਗੇਲਾਂ ਖਾਤਾ ਖੇਤ ਆਏ ਜਿਹੜੀ ਸਾਡੀ ਪਿੰਡ ਵਾਲੀ ਧਰਤੀ ਐ ਥੋੜੀ ਜੀ ਰੇਤਾ ਮਿਕਸ ਵਿੱਚੇ ਡਾਕਰ ਉਹ ਵੀ ਬੜੀ ਰਾਣੀ ਧਰਤੀ ਐ ਉਹਦੇ ਵਿੱਚ ਚਾਹੇ ਅੱਜ ਮੀਂਹ ਪੈ ਜਾਵੇ ਦੂਏ ਤੀਏ ਦਿਨ ਆਪਾਂ ਫਸਲ ਬੀਜ ਸਕਦੇ ਆ ਸੋ ਇਹ ਧਰਤੀ ਤੇ ਜਿਹੜੀ ਬਾਕ ਗੱਲਾਂ ਮੀਂਹ ਪੈ ਗਿਆ ਫਿਰ ਤਾਂ ਇਹ ਰੋਕੇ ਲੰਦੀ ਐ ਸਾਰਾ ਕੰਮ ਸੁਣ ਦੇਖੋ ਅੱਜ ਤੇ ਪੰਜਵੇਂ ਛੇਵੇਂ ਦਿਨ ਉਹ ਜਦੋਂ ਗੋਭੀ ਲਈ ਤੀ ਗਾਰਾ ਤਾਂ ਆ ਦੇਖੋ ਪਰਸੋ ਕਾ ਪੂਰਾ ਦਿਖਾ ਰਿਹਾ ਬੱਟਾਂ ਦੇ ਉੱਪਰ ਜਿਹੜੀ ਅੱਜ ਗੋਭੀ ਵੀ ਆ ਪੂਰੀ ਕਮਲਾਈ ਵੀ ਆ ਦੁਪਹਿਰ ਦੇ ਵਿੱਚ ਸੋ ਕੱਲੋਂ ਪਾਣੀ ਲਾਉਣਾ ਇੱਕ ਹੋਰ ਕਮੀ ਐ ਆਪਾਂ ਨੇ ਜਿਹੜੀ ਗੋਭੀ ਲਾਈ ਤੀ ਪੂਰੇ ਮਹੀ ਪੰਦੇ ਚ ਲਾਈ ਤੀ ਡੇਢ ਦਿਨ ਡੇਢ ਦਿਨ ਮੀਂਹ ਪਿਆ ਤਿੰਨ ਦਿਨ ਪਾਣੀ ਖੜਾ ਰਿਹਾ ਉਹ ਪਾਣੀ ਖੜਨ ਕਰਕੇ ਨਾ ਕਈ ਬੂਟੇ ਜਿਹੜੇ ਲਾਏ ਆ ਉਹਨਾਂ ਦੀ ਜੜ ਦੇ ਵਿੱਚ ਸਮਝ ਲਓ ਪਤਾ ਨਹੀਂ ਵੀ ਗੂਠਾ ਜਦੋਂ ਲਾਉਂਦੇ ਰਾਜ ਵੀ ਰਹੀ ਚਲੋ ਮੈਂ ਵੀ ਪਿੱਛੇ ਹੋ ਸਕਦਾ ਵੀ ਲਾਇਆ ਪਤਾ ਨਹੀਂ ਜੜ ਪਰ ਰਹਿ ਗਈ ਪਤਾ ਨਹੀਂ ਕਿਆ ਚੱਕਰ ਹੋਇਆ ਉਨੂੰ ਉਲਟੀ ਟਾਈਪ ਜਾਂ ਲੱਗ ਕੇ ਨਾ ਬੂਟਾ ਸੁੱਕਿਆ ਨਹੀਂ ਹੈਗਾ ਬੂਟੇ ਦੇ ਉੱਪਰਲੀ ਸਾਈਡ ਤੇ ਇੱਕ ਮੜੀ ਜੀ ਬ੍ਰੇਕ ਜੀ ਜੜ ਚੱਲੀ ਉਹਦੇ ਨਾਲ ਛੋਟਾ ਜਿਹਾ ਪੱਤਾ ਹਰਾ ਹੋ ਕੇ ਖੜ ਗਿਆ ਸੋ ਅਸੀਂ ਮੰਨਦੇ ਆ ਚਲੋ ਜਿਹੜਾ ਹੁਣ ਸੁੱਕਣ ਪਰਿਆ ਗਿਆ ਮਾੜਾ ਮੋਟਾ ਹਰਿਆਈ ਦਿਖਾਉਂਦਾ ਜਦੋਂ ਹੁਣ ਆ ਸੋਕਾ ਚੱਲ ਰਿਹਾ ਮਾੜਾ ਮੋਟਾ ਬੱਟਾ ਨੇ ਤਾਂ ਆਪਣੀਆਂ ਨੇ ਸੁੱਕਣਾ ਹੀ ਆ ਸੋ ਸਾਨੂੰ ਆਇਆ ਲੱਗਿਆ ਵੀ ਇਹ ਬੂਟੇ ਨੇ ਸੁੱਕੇ ਜਾਣਾ ਸੋ ਇਸ ਕਰਕੇ ਕੱਲ ਨੂੰ ਨਾਲ ਦੀ ਨਾਲ ਤਾਂ ਲਾਉਣਾ ਪਾਣੀ ਕੋਈ ਮਾੜਾ ਮੋਟਾ ਕਿਤੇ ਆ 100 ਤੇ ਬਾਅਦ 20 ਤੇ ਬਾਅਦ ਵੀ ਕੋਈ ਬੂਟਾ ਸੁੱਕਿਆ ਹੋ ਉਹ ਆਪਾਂ ਨੇ ਜਗ੍ਹਾ ਪੂਰ ਦੇਣੀ ਖੇਤ ਆਪਾਂ ਨੇ ਜਿਹੜਾ ਪੂਰਾ ਤੁਹਾਨੂੰ ਪਤਾ ਹੈ ਜ਼ਿਮੀਂਦਾਰਾਂ ਨੂੰ ਲੋਅ ਹੀ ਹੁੰਦਾ ਹੈ ਵੀ ਸਾਡੀ ਫਸਲ ਜਿਹੜੀ ਪ੍ਰੋਪਰ ਨਿਕਲੇ ਆਪਾਂ ਨੇ ਇਹ ਤਾਂ ਸੋਚਣਾ ਨੇ ਵੀ ਜਿਹੜੇ ਮਰ ਗਏ ਮਰ ਗਏ ਜਿਹੜੇ ਹੋਗੇ ਹੋਗੇ ਨਹੀਂ ਖੇਤ ਦੇ ਵਿੱਚ ਤੇ ਫਸਲ ਲੈਣੀ ਪੂਰੀ ਰੇ ਪੱਤਾ ਵੀ ਪੂਰਾ ਪਾਇਆ ਤੁਸੀਂ ਦੇਖਿਆ ਪਿੱਛੇ ਸੋਇਕਣੀ ਆ ਦੇਖੋ ਜੀ ਪਿੱਛੇ ਹਨ ਹਰਿਆਈ ਵੱਜ ਰਹੀ ਹੈ ਕਿਉਂਕਿ ਹਲੇ 5-6 ਦਿਨ ਦਾ ਹੈ ਤੁਹਾਨੂੰ ਪਤਾ ਵੀ ਕਿੰਨੇ ਕੁ ਹੁੰਦੀ ਹੈ ਜਿਹੜੀ ਪਨੀਰੀ ਛੋਟੇ ਪੱਤੇ ਵਾਲੀ ਹੁੰਦੀ ਹੈ ਸੋ ਇਹਨੇ ਹੌਲੀ ਹੌਲੀ ਗਰੋਥ ਕਰਨੀ ਹੈ ਚੱਲਣਾ ਹੈ ਤੇ ਨਾਲ ਦੀ ਨਾਲ ਇਧਰ ਨੂੰ ਤੁਹਾਡਾ ਪਿਆਜ਼ਾਂ ਚ ਵੀ ਜਿਹੜਾ ਮਰਾ ਦਿੰਦਾ ਆਹ ਦੇਖੋ ਜੀ ਪਿਆਜ਼ਾਂ ਦੀ ਵੀ ਐਨ ਹਰਿਆਈ ਭਜਦੀ ਆ ਚਲੋ ਇਹ ਥੋੜਾ ਜਿਹਾ ਕੈਮਰਾ ਮੈਂ ਉੱਚਾ ਚੱਕਿਆ ਵਾ ਤਾਂ ਨਹੀਂ ਦਿਖ ਰਿਹਾ ਤੇ ਨਾਲ ਦੀ ਨਾਲ ਸਵੇਰ ਦੀ ਲੱਗੇ ਵੇ ਵੀਰੋ ਬਾਹ ਬਹਿਆ ਚੱਲੀ ਜਾਂਦਾ ਏ ਖੇਤ ਦੇ ਵਿੱਚ ਅੱਜ ਇੱਕ ਹੋਰ ਇਧਰ ਲਈ ਦੂਰ ਇੰਨੀ ਦੂਰ ਨੂੰ ਅੱਜ ਭਰਮਬੀਰ ਬਿਆਲਿਆ ਉਹ ਵੀ ਢੇੜਾ ਮਾਰ ਗਿਆ ਮੋਟਾ-ਮੋਟਾ ਜਨਾ ਕਿ ਜਿਕਣਾ ਛੋਟਾ ਢੇੜਾ ਦਿੰਦਾ ਹੁੰਦਾ ਖੇਤ ਦੇ ਵਿੱਚ ਮਿੱਟੀ ਨੂੰ ਦੇਖ ਕੇ ਤੁਹਾਨੂੰ ਪਤਾ ਏ ਨਿਆਣਾ ਮਿੱਟੀ ਨੂੰ ਆਪਣੀ ਮਾਂ ਜਿੰਨਾ ਹੀ ਪਿਆਰ ਕਰਦਾ ਹੁੰਦਾ ਹੈ ਮਿੱਟੀ ਨੂੰ ਦੇਖ ਕੇ ਨਾ ਕਹਿੰਦੇ ਨਿਆਣਾ ਜੇ ਮਾਂ ਵੀ ਨਾਲ ਆਈ ਵੀ ਹੋਵੇ ਤਾਂ ਉਹਨੂੰ ਵੀ ਭੁੱਲ ਜਾਂਦਾ ਉਹ ਬੇਟੀ ਦੇਖੀ ਜਾਂਦੀ ਪਰ ਮਿੱਟੀ ਦੇ ਵਿੱਚ ਮਗਨ ਹੋ ਜਾਂਦਾ ਇਕਨਾਂ ਹੀ ਆ ਦੇਖੋ ਹੁਣ ਖੇਤ ਕਿੰਨਾ ਬੋਲਾ ਹੋਇਆ ਵਾ ਘੱਟੋ-ਘੱਟ ਤਿੰਨ-ਚਾਰ ਗੱਲਾਂ ਜੇ ਰੋਟਾਵੇਟਰ ਨਾਲ ਬਾਹਰ ਤਾਂ ਪਹਿਲਾਂ ਹਲਾ ਨਾਲ ਹੁਣ ਪੂਰੀ ਪਲੇਹਾ ਟੌਰੇ ਵਾਕੇ ਪਰਮਵੀਰ ਨੇ ਕਿਆ ਕਰਨਾ ਬਹਿਣਾ ਹੀ ਐ ਖੇਲੀ ਜਾਣਾ ਮਿੱਟੀ ਨਾਲ ਭੱਜ ਜਾਣਾ ਸੋ ਇੱਕਣਾ ਹੀ ਪਹਿਲਾ ਜਾਨੀ ਹੁਣ ਤਾਂ ਸਮਝ ਲਓ ਵੀ ਸੰਧਿਆ ਵੇਲਾ ਹੋਣਿਆਲਾ ਰਹਿਰਾ ਸਭ ਦਾ ਟਾਈਮ ਸੂਰਜ ਵਿੱਚੇ ਵਿੱਚ ਤੁਹਾਨੂੰ ਦਿਖਣਾ ਕੈਮਰੇ ਚ ਦਿਖਦਾ ਨਹੀਂ ਛਿਪਣ ਵਾਲਾ ਐ ਸੋ ਦੁਪਹਿਰੇ ਜੇ ਆਇਆ ਤਾਂ ਡੈਡੀ ਜੀ ਨਾਲ ਚਾਹ ਲੈ ਕੇ ਇੱਕਣਾ ਸਾਰੇ ਖੇਤ ਚੋਂ ਅਸੀਂ ਚਾਹ ਪੀਂਦੇ ਤੇ ਬੈਠੇ ਤੇ ਪਾਪਾ ਜੀ ਉਹਨੇ ਕਿਆ ਕਰਿਆ ਆਪਣੇ ਆਪੇ ਤੁਰ ਕੇ ਆ ਕੇ ਨਾ ਸਾਰੇ ਖੇਤ ਦੇ ਵਿੱਚ ਨੂੰ ਬੂਟੇ ਚ ਨੂੰ ਕੁਮਕਾ ਗੇੜਾ ਜਾਂ ਦੇਤਾ ਮੈਂ ਪਾਪਾ ਜੀ ਨੂੰ ਕਹਾ ਮੈਂ ਦੇਖੋ ਵੀ ਇਹਦੀ ਮੌਜ ਹੈ ਇਹਨੂੰ ਕਿਆ ਪਤਾ ਹੈ ਵੀ ਬੰਦੇ ਨੂੰ ਬੜੇ ਹੋ ਕੇ ਹੀ ਫਿਕਰਾਂ 'ਚ ਪੈਂਦਾ ਇਹਨੂੰ ਤਾਂ ਆਏ ਆ ਮੈਂ ਮਿੱਟੀ ਆ ਆਪਣਾ ਖੇਰ ਕੇ ਚਲ ਜਾਵਾਂ ਮਹਾਪਾਪਾ ਨੂੰ ਆਏ ਆ ਆਪਾਂ ਕਦੋਂ ਬਾਈਏ ਫਟਾ ਦੀ ਫਟ ਬੱਟਾਂ ਪਾ ਲਈ ਆ ਪਾ ਫਿਕਰਾਂ 'ਚ ਸੋ ਇੱਕ ਨੀ ਬੱਚੇ ਦੀ ਮੌਤ ਚੱਲ ਰਹੀ ਸੀ ਤੇ ਇਧਰ ਵਾਲੀ ਜਿਹੜੀ ਗੋਭੀ ਜੀ ਇਹ ਇੱਕ ਦਿਨ ਲੇਟ ਲੱਗੀ ਧੀ ਮੀ ਤੇ ਆ ਹਾਲਾ ਪਟਾਈ ਜਿਹੜਾ ਕਿਉਂਕਿ ਬੀਜ ਘਟ ਗਿਆ ਦਾ ਵਿੱਚ ਫਿਰ ਅਸੀਂ ਲੈਣ ਨਹੀਂ ਗਏ ਹੈਗੇ ਕੁਛ ਸ਼ਾਮ ਹੋ ਗਈ ਉਦੋਂ ਤੁਹਾਨੂੰ ਪਤਾ ਉਹਦੇ ਬਾਅਦ ਮੈਨੂੰ ਬੁਖਾਰ ਵੀ ਚੜਿਆ ਬੁਖਾਰ ਚਲੋ ਠੀਕ ਹੋ ਗਿਆ ਦੁਬਾਰਾ ਆਪਣੇ ਕੰਮ ਪਰ ਪਹੁੰਚ ਗਏ ਤੇ ਇਹ ਇੱਕ ਦਿਨ ਲੇਟ ਲੱਗੀ ਤੇ ਫਿਰ ਬੀਜ ਲੈਣ ਗਏ ਨਹੀਂ ਠੰਡ ਲੱਦੀ ਸੀ ਸਾਰੀ ਦਿਹਾੜੀ ਮੀਂਹ ਪੈਂਦਾ ਤਾਂ ਸੀ ਕਿ ਵੀ ਚਲੋ ਜਿੰਨੀ ਲੱਗ ਗਈ ਪੌਣਾ ਕੀਲਾ ਲਾ ਦਿੱਤਾ ਵੀ ਉਹੀ ਆਪਣਾ ਹੈ ਤੇ ਬਾਕੀ ਤੁਹਾਨੂੰ ਮੈਂ ਪਿਛਲੇ ਕੈਮਰੇ ਦੇ ਨਾਲ ਵੀ ਦਿਖਾ ਦਿੰਦਾ ਇੱਕ ਗੇਲਾ ਖੇਤ ਦੀ ਵੀ ਕਿੰਨੀ ਕ ਆਪਣੀ ਗੋਭੀ ਜਿਹੜੀ ਚੱਲ ਪਈ ਸੋ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਤੇ ਇੱਕ ਹੋਰ ਵੀਰੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਬਾਬੇ ਅੱਗੇ ਅਰਦਾਸ ਕਰੋ ਵੀ ਆਪਣੀ ਕਿਸਾਨਾਂ ਦੀ ਜਿਹੜੀ ਜਿੱਤ ਹੋਵੇ ਕਿਉਂਕਿ ਵੀਰੋ ਦੇਖੋ ਆਪਣਾ ਕਿੱਤੇ ਦੇ ਨਾਲ ਕਿੰਨੇ ਜਣੇ ਜੁੜੇ ਹੋਏ ਆ ਮੈਂ ਤੁਹਾਨੂੰ ਦੱਸਦਾ ਇਹ ਕਿਸਾਨੀ ਉਹਦੇ ਵਿੱਚ ਭਏ ਹੋਏ ਆਪਾਂ ਕਿੰਨੀ ਲੇਬਰ ਕੰਮ ਕਰਦੀ ਆਪਣੇ ਕੋਲ ਆਪਣੀ ਸਬਜ਼ੀ ਉਹ ਰਹਿੰਦੀ ਮੰਡੀ ਦੇ ਵਿੱਚ ਜਾਂਦੀ ਆਰਤੀ ਕੰਮ ਆਰਤੀ ਲੱਗਿਆ ਹੋਇਆ ਸਮਝ ਲਓ ਆਰਤੀ ਤੇ ਗਹਾ ਪੱਲੇਦਾਰ ਪੱਲੇਦਾਰ ਤੇ ਗਹਾ ਦੇਖ ਲੋ ਗੱਡੀਆਂ ਵਾਲੇ ਗੱਡੀਆਂ ਵਾਲੇ ਕਈ ਵਿਚਾਰੇ ਹਿਮਾਚਲ ਜਾਂਦੇ ਆ ਚੰਡੀਗੜ੍ਹ ਜਾਂਦੇ ਆ ਮੈਂ ਤਾਂ ਸਵੇਰੇ ਸਬਜ਼ੀ ਲੈ ਕੇ ਜਾਂਦਾ ਮੈਨੂੰ ਤਾਂ ਪਤਾ ਲੱਗਦਾ ਉੱਥੇ ਤੇ ਕਿੰਨੇ ਹੀ ਰੇੜੀਆਂ ਵਾਲੇ ਸਬਜ਼ੀ ਖਰੀਦਦੇ ਸਬਜ਼ੀ ਖਰੀਦ ਕੇ ਪਿੰਡਾਂ ਦੇ ਵਿੱਚ ਫੇਰੀ ਦਿੰਦੇ ਆ ਜਿਹੜੇ ਆਪਣਾ ਸਬਜ਼ੀ ਪਿੰਡਾਂ ਦੇ ਵਿੱਚ ਵੇਚਦੇ ਆ ਆਪਣੇ ਟਰੈਕਟਰ ਕਿੰਨੇ ਆਪਾਂ ਦੁਕਾਨਾਂ ਵਾਲਿਆਂ ਕੋਲ ਜਾਂਦੇ ਆ ਮੋਟਰਾਂ ਆ ਉਹਨਾਂ ਦੁਕਾਨਾਂ ਵਾਲਿਆਂ ਕੋਲ ਜਾਂਦੇ ਬਿਜਲੀ ਵਾਲੇ ਕਿੰਨੇ ਆਪਣੇ ਖੇਤੀ ਧੰਦੇ ਨਾਲ ਜਿਹੜੇ ਉਹ ਸਭ ਤੋਂ ਜਿਆਦਾ ਲੋਕ ਜੁੜੇ ਹੋਇਆ ਸੇਕਣੇ ਬਾਬਾ ਕਿਸਾਨਾਂ ਨੂੰ ਜਿੱਤ ਦਵੇ ਤੁਹਾਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗੇ ਅਰਦਾਸ ਕਰੇ ਕਰੋ ਜੀ ਸੋ ਬਾਕੀ ਸਾਰਿਆਂ ਦਾ ਹੀ ਧੰਨਵਾਦ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ